ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਐਤਮਾਦ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਲੈ ਕੇ ਆਇਆ ਦੋ ਜੋਟੀਆਂ। ਪਹਿਲਾਂ ਇਹਨੇ ਮੇਰਾ ਖਿਆਲ ਹੈ ਮਜ਼ੀਦ ਡਿਟੇਲ ਮਾਲਕ ਦੇ ਕੋਲੋਂ ਲੈਂਦੇ ਹਾਂ। ਦੋਨੇ ਜੋਟੀਆਂ ਇੱਕ ਸੂਈ ਹੋਈ ਹੈ ਅਤੇ ਇੱਕ ਸੂਣ ਵਾਲੀ ਹੈ, ਬਾਕੀ ਪੁੱਛ ਲੈਂਦੇ ਹਾਂ ਬਾਈ ਹੋਰਾਂ ਦੇ ਕੋਲੋਂ। ਜੋਟੀਆਂ ਦੇਖਣ ਤੋਂ ਪਹਿਲਾਂ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ। ਦਿਖਾਓ ਜੋਟੀ ਨੰਬਰ ਇੱਕ, ਦਿਖਾ ਦਿਓ ਫਿਰ ਜਿਹੜਾ ਨਾ ਇਹਦੇ ਬਾਰੇ ਨਾ ਬਾਈ ਹਫੀਜ਼ ਸਾਨੂੰ ਨਾਲ ਨਾਲ ਡਿਟੇਲ ਦਿੰਦੇ ਜਾਵੋ। ਇਹ ਪਹਿਲਾਂ ਸੂਆ ਸੋਹਣਾ ਸੋਹਣਾ, ਪਹਿਲਾਂ ਸੂਆ ਸੋਹਣਾ ਸੂ ਕਿੰਨੇ ਕੁ ਦਿਨ ਲੈਂਦੀ ਹੈ? 10 ਤੋਂ 15 ਦਿਨ ਲੈਂਦੀ ਹੈ। ਪੱਕੇ ਜਿਹੜੇ ਦਿਨ ਲਵੇ, ਪੱਕੇ ਦਿਨ 10 ਤੋਂ 15 ਦਿਨ ਲੈਂਦੇ। ਅੱਗੇ ਲੈ ਜਾਵੋ, ਉੱਤੇ ਖੜਾ ਕਰਕੇ ਮੂੰਹ ਵੀ ਦਿਖਾ ਦਿਆ ਜੀ, ਮੂੰਹ ਪਕੜ ਕੇ, ਬਲਕਿ ਇੱਥੇ ਦਿਖਾ ਦੇ ਮੂੰਹ ਦੀ ਸੀਲ ਸਹੂ ਹੈ ਜੀ, ਸੀਲ ਸਹੂ ਤੋਸ ਕਰਕੇ ਚੌਗੀ ਆ ਕਿ ਛੇ ਦਿਨ ਲੱਗੇ, ਛੇ ਲੱਗੇ ਹੋਏ ਸੂ ਛਿੱਗੀ ਹੈ ਜੀ ਮੂੰਹ ਤੇ। ਅੱਛੀ ਤਰ੍ਹਾਂ ਤੁਸੀਂ ਦਿਖਾਓ ਬਾਈ, ਪੀਜ਼ੇ ਦੀ ਹੁਣ ਜਿਹੜੀ ਨਾ ਪਿਆਰੀ ਜੀ ਕੀਮਤ, ਐਵੇਂ ਓਵਰ ਜੀ ਨਹੀਂ ਮੰਗਣੀ ਤੇ ਜਿੰਨੀ ਕੁ ਕੀਮਤ ਇਹਦੀ ਤੁਸੀਂ ਪਿਆਰ ਮੁਹੱਬਤ ਕਰਕੇ ਜਿੰਨੇ ਦੀ ਦੇਣੀ ਉਹ ਕੀਮਤ ਦੱਸੋ। ਬੋਲੋ ਬੋਲੋ, ਇਹਦੇ ਵੀਡੀਓ ਵੀ ਨਾਲ ਨਾਲ ਬਣਾਉਂਦੇ ਜਾਵਾਂਗੇ। ਆਪਾਂ 2,55,000 ਦੀ ਸਾਂਝ, 2,55,000 ਹਾਂਜੀ, ਜ਼ਿਆਦਾ ਨਹੀਂ ਇੱਕ ਪੈਸੇ ਜਿਹੜੇ 2,55,000? ਮੈਂ ਤਾਂ ਜਨਾਬ ਤੈਨੂੰ ਇਸੇ ਵਜ੍ਹਾ ਤੋਂ ਫੋਨ, ਮੈਂ ਵਲੀਮਾ ਤੇਰੇ ਵਾਸਤੇ ਛੱਡ ਕੇ ਆਇਆ, ਠੀਕ ਹੈ ਨਾ? ਬਿਲਕੁਲ, ਉਹ ਤੇ ਦੋਸਤ ਸਾਡੇ ਦੇਖ ਰਹੇ ਜੋ ਵੀ ਹੈ ਮਾਸ਼ਾਅੱਲਾ, ਤੁਹਾਡੇ ਦੋਸਤਾਂ ਦੇ ਸਾਹਮਣੇ ਦੋਸਤ ਦੇਖ ਰਹੇ, ਫਿਰ ਵੀ ਅੰਦਰ ਕਿੰਨੀ ਗੁੰਜਾਇਸ਼ ਪਿਆਰ ਮੁਹੱਬਤ ਹੈ ਜਿਹੜੇ ਮੇਰੇ ਆਏ ਦਾ ਸਬਰ ਕੀਤੇ ਦਾ ਤੇ ਉਧਰੋਂ ਦੋਸਤਾਂ ਦੀ ਇੱਜ਼ਤ ਜਿਹੜੀ ਹੈ। ਲਾਸਟ ਕਿੰਨੇ ਦੀ ਦੇਣੀ ਹੈ ਤੁਸੀਂ ਜਨਾਬ? ਲਾਸਟ ਹਾਂਜੀ, ਫਾਈਨਲ ਕੀਮਤ ਦੱਸਣੀ ਜੀ 2.5 ਲੱਖ ਦੀ ਜੀ। ਪੰਜ ਛੱਡਿਆ ਸੀ ਸਿਰਫ, ਕੋਈ ਨਹੀਂ ਮੁੜ ਤਾਂ ਕਸਰ ਛੱਡੀ ਹੈ, ਮੁੜ ਵੀ ਕੋਈ ਇੱਜ਼ਤ ਮੁਹੱਬਤ ਜਦੋਂ ਕੋਈ ਦੋਸਤ ਪਸੰਦ ਕਰਦੇ ਨਾ ਜਾਂ ਕੋਈ ਖਰੀਦਣਾ ਚਾਹੁੰਦਾ ਹੈ, ਕੋਈ ਇੱਜ਼ਤ ਹੋ ਜਾਂਦੀ ਮੁਹੱਬਤ ਕਰਦੀ ਸਾਂ। ਕਿਤਨੇ ਕਰ ਲਈ ਸੀ ਕੋਈ, ਉਹ ਵੀ ਸਾਨੂੰ ਪਤਾ ਚੱਲਦਾ, 4,000 ਦੀ ਹੋਣੀ ਹੋਰ ਇੱਕ ਟੱਕੀ, ਕਿਉਂ ਇਹ ਜਿਹੜੀ ਪਿਆਰ ਮੁਹੱਬਤ 2-4 ਦੀ ਹੁੰਦੀ, ਇਸ ਤੋਂ ਜ਼ਿਆਦਾ ਨਹੀਂ ਹੁੰਦੀ, ਹੋਰ ਇੰਨਾ ਥੋੜਾ ਹੁੰਦਾ। ਅੱਛਾ ਦੋਸਤੋ, ਮਾਸ਼ਾਅੱਲਾ ਖੂਬਸੂਰਤ ਜੋਟੀ ਹੈ, ਹਰ ਪਾਸੋਂ ਸੋਹਣੀ ਹੈ, ਸਿੰਘ ਵੀ ਛੋਟੇ ਛੋਟੇ ਸੂਗੇ, ਚੂਰਕੁੰਡ ਸਿੰਘ ਬਿਲਕੁਲ ਮੁੱਠੀ ਵਾਰ ਜਿਹੜਾ ਨਾ ਜਿਹਨੂੰ ਮੁੱਠੇ ਲੁੱਕ ਜਾਂਦੇ ਨੇ, ਛੋਟੇ ਛੋਟੇ ਸਿੰਘ ਇਸੂਗੇ ਅਤੇ ਕਾਲੀ ਸਿਆਹ ਜੋਟੀ, ਅੱਖਾਂ ਵੀ ਕਾਲੀ ਸਫੈਦ ਅੱਖਾਂ ਇਸੂਗੀਆਂ, ਇਹ ਕਹਿਣਾ ਬਰੀਕ ਚਮੜੀ ਦੀ ਹੈ ਅਤੇ ਹਰ ਪਾਸੋਂ ਸੋਹਣੇ ਮੂੰਹ ਵੀ ਇੱਥੋਂ ਬੂਥੀ ਪਤਲੀ ਬੂਥੀ ਸੂਗੀ, ਹਵਾਨਾ ਸੋਹਣਾ ਇਸੂਗਾ, ਥਣ ਸੋਹਣਾ ਲੱਗਿਆ ਹੋਇਆ ਇਸੂ, ਬਾਕੀ ਤੁਸੀਂ ਖੁਦ ਆਪ ਹੀ ਦੇਖ ਲਿਆ, ਛੋਟਾ ਛੋਟਾ ਨਿਪਲਾਂ ਵਰਗਾ ਥਣ ਪੁੱਠਾ ਸੋਹਣਾ ਇਸੂ ਗਿਆ, ਪਿੱਛੋਂ ਉੱਚੀ ਹੈ ਅੱਗੋਂ ਥੋੜ੍ਹੀ ਜਿਹੀ ਨੀਵੀਂ ਹੈ, ਮਾਸ਼ਾਅੱਲਾ ਹਰ ਪਾਸੋਂ ਜਿਹੜਾ ਨਾ ਸੋਹਣੀ ਜੋਟੀ ਹੈ। ਅਤੇ ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀ ਇਹ ਖਰੀਦ ਸਕਦਾ, ਦੂਸਰੀ ਜੋਟੀ ਦਿਖਾਉਂਦੇ ਹਾਂ ਅਗਰ ਕਿਸੇ ਦੋਸਤ ਨੂੰ ਉਹ ਵੀ ਪਸੰਦ ਆਵੇ। ਚਲੋ ਲੈ ਚਲੋ ਜੋ ਜਿਹੜਾ ਨਾ ਜੋਟੀ ਨੰਬਰ 2 ਉੱਥੇ। ਹਫੀਜ਼ ਬਾਈ ਇਹ ਪਹਿਲਾਂ ਸੂਈ ਹੋਈ ਹੈ, ਪਹਿਲਾਂ ਸੁਬਹ ਸੂਈ ਹੋਈ ਹੈ, ਇਹਨੂੰ ਇਹ ਨਾਲ ਹੀ ਮੂੰਹ ਪਕੜ ਲਿਆ ਜੀ, ਇੱਥੇ ਬੱਚਾ ਵੀ ਦਿਖਾ ਦਿੰਦੇ ਤੇ ਇਹਦੇ ਥੱਲੇ ਦੁੱਧ ਪੱਕਾ ਜਾਂ ਕਿੰਨਾ ਹੈ ਇਸ ਟਾਈਮ ਜਿਹੜਾ, ਜੋੜੀ ਦਾ 8 ਕਿਲੋ ਇਹ ਆਪਣਾ ਹਫੀਜ਼ ਬਾਈ, ਜੋੜੀ ਦਾ 8 ਕਿਲੋ ਚੁਆਈ ਕਰਾਓਗੇ ਜਿੰਨੇ ਦਿਨ ਵਿਚੋਣਾ ਹੋਵੇ?
ਚੁਆਈ ਕਰਦੇ ਹਾਂ ਜੋੜੀਦਾਰ ਕਿਲੋ ਮੁਕੰਮਲ 10 ਕਿਲੋ ਹੈ ਇਹਦੇ ਥੱਲੇ ਮੁਕੰਮਲ 10 ਕਿਲੋ ਤੇ ਜੋੜੀ ਦਾ 8 ਕਿਲੋ ਬੱਚਾ ਥੱਲੇ ਕੱਟੀ ਕੇ ਕੱਟਾ ਕੱਟਾ ਵੀ ਨਾਲ ਦਿਖਾ ਦੇਵੋ ਜੀ ਤੇ ਇਹਦੀ ਹੁਣ ਕੀਮਤ ਜਿਹੜੀ ਹੈ ਪੱਕੀ ਦੀ ਕੀਮਤ ਬਾਈ ਫੀਸ ਇਹਦੀ ਵੀ ਮੰਗਣੀ ਹੈ ਜਿਹੜਿਆਂ ਨਾਲ ਜਿੱਥੇ ਕੋਈ ਦੋਸਤ ਕਿਸੇ ਮੇਰੇ ਭਾਈ ਨੂੰ ਸਮਝ 'ਚ ਆ ਜਾਵੇ ਨਾ ਕੀਮਤ ਉਹ ਮੰਗਣੀ ਹੈ ਐਵੇਂ ਓਵਰ ਮੰਗਣ ਦਾ ਜਿਹੜਾ ਨਾ ਫਾਇਦਾ ਸਿਰਫ 80,000 1,80,000 ਰੁਪਇਆ ਪੱਕੀ ਕੀਮਤ ਇਹ ਹੈ ਹਾਂਜੀ ਬਿਲਕੁਲ ਹਲਕੀ ਜੀ ਲੱਗਦੀ ਵੀ ਕੀ ਚੁਆਈ ਹੋਈ ਖੜੀ ਹੈ ਜਾਂ ਕੀ ਮਸਲਾ ਅੱਛਾ ਟਾਈਮ ਦਾ ਇਸ ਤਰ੍ਹਾਂ ਦਾ ਹਿਸਾਬ ਹੈ ਠੀਕ ਹੋ ਗਿਆ ਤੇ ਦੁੱਧ ਜਿਹੜਾ ਦੱਸਦੇ ਪਿਓ ਪੱਕਾ ਚੁਆਈ ਕਰੀ ਸੋਨਾ ਠੀਕ ਹੈ ਦੋਸਤੋ ਜੋਟੀਆਂ ਦੋਨੇ ਤੁਹਾਨੂੰ ਦਿਖਾਈਆਂ ਜੋਟੀ ਮਾਸ਼ਾਅੱਲਾ ਬਿਲਕੁਲ ਕੱਦ ਵੀ ਸੋਹਣਾ ਇਸੂ ਗਿਆ ਤਨ ਵੀ ਸੋਹਣਾ ਲੱਗਿਆ ਇਸੂ ਹੈਵਾਨਾ ਵੀ ਸੋਹਣਾ ਇਸੂ ਗਿਆ ਅਤੇ ਦੁੱਧ 8 ਕਿਲੋ ਜੋੜੀ ਦਾ ਪਿਛਲੀ ਜੋੜੀ ਦਾ ਅਤੇ 10 ਕਿਲੋ ਮੁਕੰਮਲ ਦੁੱਧ ਇਸੂ ਅਤੇ ਮਾਸ਼ਾਅੱਲਾ ਸੋਹਣੀ ਜੋਟੀ ਲਾਮ ਵਿੱਚ ਵੀ ਵੇਲ ਸੋਹਣੀ ਇਸੂ ਕੱਦ ਬਿਲਕੁਲ ਸੋਹਣਾ ਇਸੂ ਗਿਆ ਸਿੰਘ ਚੂਰ ਕੁੰਡ ਇਸੂ ਅੱਖਾਂ ਕਾਲੀਆਂ ਇਸੂ ਗਿਆ ਪਤਲੀ ਬੁੱਥੀ ਇਸੂ ਪਤਲੀ ਚਮੜੀ ਦੀ ਹੈ ਸੋਹਣੀ ਜੋਟੀ ਹੈ ਅੱਗੇ ਦੁੱਧ ਨਸੀਬ ਮੁਕੱਦਰ ਦਾ ਅਤੇ 1,75,000 ਰੁਪਇਆ ਦੀ ਕੀਮਤ ਕਹਿ ਰਹੇ ਨੇ ਅਗਰ ਮੇਰੇ ਕਿਸੇ ਬਾਈ ਦੀ ਦੋਸਤ ਦੀ ਸਮਝ ਦੇ ਵਿੱਚ ਆਉਂਦੀ ਹੈ ਨਾ ਤਾਂ ਰਾਬਤਾ ਕਰਕੇ ਖਰੀਦ ਸਕਦੇ ਹੋ ਦੋਨੇ ਜੋਟੀਆਂ 'ਚੋਂ ਇੱਕ ਆਵੇ ਦੋਨੇ ਆਵੇ ਜਿਹੜੀ ਜੋਟੀ ਪਸੰਦ ਆਵੇ ਤੁਸੀਂ ਰਾਬਤਾ ਕਰਕੇ ਮੇਰੇ ਨਾਲ ਖਰੀਦ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ ਖੁਦਾ ਹਾਫਿਜ਼।